ਕਿੱਦਾਂ ਲੱਗ ਰਹੇ ਆ ਜੀ ਆਲੂ ਤੁਹਾਨੂੰ? ਸਾਈਜ਼ ਵੀ ਵਧੀਆ, ਜਿਹੜੇ ਹਿਸਾਬ ਨਾਲ ਕੋਰੇ ਦੀ ਮਾਰ ਪਈ ਸੀ ਵਧੀਆ ਸਾਈਜ਼ ਬਣ ਗਿਆ ਜੀ। ਹਾਂਜੀ, ਕੋਰਾ ਪੈਣ ਦੇ ਨਾਲ ਝਾੜ 'ਤੇ ਅਸਰ ਪੈ ਸਕਦਾ ਜੀ। ਆਲੂ ਘੱਟ ਹੀ ਆ ਰਹੇ ਆ ਮਸ਼ੀਨ ਮਗਰ, ਆਹ ਤੁਸੀਂ ਦੇਖ ਸਕਦੇ ਹੋ ਬਿਰਲੇ ਛੱਲੇ ਜੀ ਡਿੱਗੇ ਆ। ਵਿੱਚ ਸਾਈਜ਼ ਵਧੀਆ ਹੈਗਾ, ਵਿੱਚ ਬੀ ਸਾਈਜ਼ ਵੀ ਆ ਅਤੇ ਵਿੱਚ ਗੋਲੀ ਵੀ ਹੈਗੀ ਆ, ਪਰ ਪਿਛਲੀ ਵਾਰ ਨੂੰ ਥੋੜ੍ਹੀ ਗੋਲੀ ਜ਼ਿਆਦਾ ਐਤਕੀ, ਤੁਸੀਂ ਦੇਖ ਸਕਦੇ ਹੋ। ਤੁਹਾਨੂੰ ਮਸ਼ੀਨ ਮਗਰ ਵੀ ਡਿੱਗਦੇ ਦਿਖਾਉਣੇ ਆ ਵੀ ਕੀ ਝਾੜ ਰਹੂਗਾ ਐਤਕੀ ਜੀ। ਰੰਗ ਰੁੰਗ ਬਹੁਤ ਸੋਹਣਾ ਬਣਿਆ ਆਲੂ ਦਾ ਰੇਸਲੇ ਪਾਉਣ ਕਰਕੇ, ਤੁਸੀਂ ਦੇਖ ਸਕਦੇ ਹੋ। ਅਤੇ ਥੋੜ੍ਹਾ ਬਾਣ ਗਿੱਲਾ ਸੀਗਾ ਅਤੇ ਮਿੱਟੀ ਜ਼ਿਆਦਾ ਲੱਗਦੀ ਆਲੂ ਨਾਲ, ਇਹ ਰੰਗ ਰੁੰਗ ਪੂਰਾ ਘੈਂਟ ਆਏ ਚਮਕਦੇ ਆ। ਅਜੋ ਜੀ ਸਾਨੂੰ ਲੈ ਚੱਲਦੇ ਆ ਮਸ਼ੀਨ ਮਗਰ, ਦੇਖਿਓ ਤੁਸੀਂ ਨਾਲ ਦੀ ਨਾਲ ਟਰਾਲੀ 'ਚ ਲੋਡ ਕਰੀ ਜਾਂਦੇ ਆ। ਬਿਰਲਾ ਬਿਰਲੇ ਆਲੂ ਡਿੱਗ ਰਿਹਾ ਜੀ, ਬਾਹਲਾ ਕੋਈ ਲੱਗਦਾ ਨਹੀਂ ਵੀ 300 ਗੱਟਾ ਹੋ ਜੂਗਾ। ਪਿਛਲੀ ਵਾਰ ਨੂੰ ਝਾੜ ਘੱਟ ਹੈ ਇਸ ਵਾਰ, ਕਿਉਂਕਿ ਕੋਰੇ ਦੀ ਮਾਰ ਜ਼ਿਆਦਾ ਪੈ ਗਈ, ਬਾਹਲਾ ਜਮ੍ਹਾਂ ਖਤਮ ਹੋ ਗਈ ਸੀ ਕੋਰੇ ਵੇਲੇ। ਆ ਤੁਸੀਂ ਦੇਖ ਸਕਦੇ ਜੀ ਟਰਾਲੀ 'ਚ ਸਿੱਧੇ ਬੱਠਲ, ਕੰਮ ਸੌਖਾ ਗੱਟੇ ਭਰਨਾ ਵਾ। ਕੰਮ ਸੌਖਾ ਬਾਈ ਗੱਟੇ ਚੱਕਣ ਨਾਲੋਂ, ਆਈ ਲਿਫਟ ਚੱਕੀ ਜਾਂਦੀ ਹੈ ਸਿੱਧੀ। ਚੱਲ ਚੱਲ ਚੱਲ, ਨਹੀਂ ਲਦੜੇ ਜਾਂਦੇ ਕਿਉਂ ਕਰੀ, ਕੀ ਹੋਇਆ ਬਈ? ਹਾਂਜੀ, ਤੁਸੀਂ ਦੇਖ ਸਕਦੇ ਹੋ ਅੱਜ ਸਾਰੇ ਆਲੂ ਪੱਟ ਕੇ ਰੱਖ ਦੇਣੇ ਆ, ਅਤੇ ਜਿਹੜੇ ਮਾੜੇ ਮੋਟੇ ਰਹਿ ਗਏ ਉਹ ਕੱਲ੍ਹ ਨੂੰ ਲੇਬਰ ਸਵੇਰੇ ਜਾ ਕੇ ਚੁੱਕ ਦੂਗੀ, ਅਤੇ ਬਾਕੀ ਹੁਣ ਠੰਡਾ ਇੰਨੀ ਗਰਮੀ ਨਹੀਂ ਹੈਗੀ। 10 ਕੁ ਦਿਨਾਂ ਤੱਕ ਤਾਂ ਇੱਦੂ ਜ਼ਿਆਦਾ ਗਰਮੀ ਪੈਣ ਲੱਗ ਜਾਂਦੀ, ਫਿਰ ਆਲੂ ਪੜਾਕਾ ਮਾਰਨ ਲੱਗ ਜਾਂਦੇ ਆ। ਹਾਂਜੀ, ਇਹ ਆਪਣਾ 1 ਕਿੱਲਾ ਅਤੇ 7 ਕਨਾਲਾਂ ਵਾਹਣਾ ਹੈਗਾ,
ਅਤੇ ਜਿਹੜਾ ਇਹ ਆਲੂ ਦਾ ਬੀਜ ਆ ਇਹ 86 ਆ ਗੋਲ ਚਾਲ ਵਾਲਾ, ਇਹ ਜਮਾਂ ਗੋਲ ਹੁੰਦਾ, ਇੱਕ 86 ਲੰਮੀ ਚਾਲ ਵਾਲਾ ਹੁੰਦਾ ਗਾ, ਇਹ ਗੋਲ ਆ। ਆਹ ਤੁਸੀਂ ਢੇਰੀ ਦੇਖ ਸਕਦੇ ਹੋ ਅਤੇ ਬਾਕੀ ਹਜੇ ਕੁਛ ਪੱਟਣ ਵਾਲੇ ਪਏ ਆ। ਅਤੇ ਜਿਹੜੇ ਜਿਹੜੇ ਇਲਾਕੇ 'ਚ ਪਟਾਈ ਸ਼ੁਰੂ ਹੋ ਗਈ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਝਾੜ ਕਿੱਦਾਂ ਦਾ। ਅਤੇ ਅਗਲੀ ਵੀਡੀਓ 'ਚ ਤੁਹਾਨੂੰ ਦੱਸਾਂਗੇ ਵੀ ਕਿੰਨੇ ਗੱਟੇ ਕਿੱਲੇ ਦੇ ਹੋ ਗਏ। ਕੱਲ੍ਹ ਨੂੰ ਮੇਰੇ ਖਿਆਲ ਨਾਲ ਸਾਂਟੀ ਸ਼ੁਰੂ ਹੋ ਜੂਗੀ ਆਲੂਆਂ ਦੀ, ਉਸ ਤੋਂ ਬਾਅਦ ਸਾਂਟੀ ਕਰਕੇ ਸਟੋਰ ਆ। ਅਤੇ ਫਿਰ ਵਾਹਣ ਤਿਆਰ ਕਰਕੇ ਮੱਕੀ ਬੀਜ ਦਾਂਗੇ। ਅਤੇ ਮੱਕੀ ਦਾ ਕਿਹੜਾ ਬੀਜ ਬੀਜੀਏ ਇਹ ਵੀ ਬਾਈ ਬਣ ਕੇ ਜ਼ਰੂਰ ਦੱਸ ਦਿਓ ਕਮੈਂਟ ਕਰਕੇ। ਅਤੇ ਵੀਡੀਓ ਨੂੰ ਸ਼ੇਅਰ ਕਰ ਦਿਓ, ਲਾਈਕ ਕਰ ਦਿਓ, ਕਮੈਂਟ ਕਰ ਦਿਓ ਅਤੇ ਪੇਜ ਨੂੰ ਫੋਲੋ ਕਰ ਲਿਓ। ਧੰਨਵਾਦ ਜੀ।